ਤਸਵੀਰਾਂ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਇੱਕ ਕਾਲੇ ਰੰਗ ਦੀ ਥਾਰ ਨਜ਼ਰ ਆ ਰਹੀ ਹੈ ਤੇ ਇਸ ਦੇ ਸ਼ੀਸ਼ਿਆਂ ਦੇ ਉੱਤੇ ਵੀ ਕਾਲੀ ਫਿਲਮ ਚੜੀ ਹੋਈ ਹੈ। ਇਹਦੇ ਨਾਲ ਕਿਤੇ ਜੋ ਨਿਯਮ ਨੇ ਉਹਨਾਂ ਨੂੰ ਵੀ ਛਿੱਕੇ ਤੇ ਟੰਗਿਆ ਜਾ ਰਿਹਾ ਹੈ ਤੇ ਉਸ ਤੋਂ ਵੱਡੀ ਗੱਲ ਇਹ ਹੈ ਕਿ ਇਹ ਆਪਣੀ ਥਾਰ ਨੂੰ ਇੱਕ ਸ਼ਖਸ ਡਿਵਾਈਡਰ ਦੇ ਉੱਪਰ ਚੜਾਉਂਦਾ ਨਜ਼ਰ ਆ ਰਿਹਾ ਹੈ, ਜਿੱਥੇ ਇਹ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਰਿਹਾ ਉੱਥੇ ਹੀ ਨਿਯਮ ਜੋ ਹੈ ਉਹ ਸ਼ਰੇਆਮ ਤੋੜੇ ਜਾ ਰਹੇ ਨੇ। ਤਾਂ ਇਹ ਵੀਡੀਓ ਨੋਇਡਾ ਦੀ ਦੱਸੀ ਜਾ ਰਹੀ ਹੈ ਜੋ ਕਿ ਹੁਣ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਹੋਣ ਤੋਂ ਬਾਅਦ ਪੁਲਿਸ ਵੀ ਹਰਕਤ ਦੇ ਵਿੱਚ ਆਈ ਹੈ ਤੇ ਇਸ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ। ਹਾਲਾਂਕਿ ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਬੇਕਾਬੂ ਹੋ ਕੇ ਕਈ ਵਾਹਨ ਜੋ ਨੇ ਉਹ ਡਿਵਾਈਡਰ ਦੇ ਉੱਤੇ ਚੜ ਜਾਂਦੇ ਨੇ ਜਾਂ ਫਿਰ ਡਿਵਾਈਡਰ ਹੀ ਟੱਪ ਜਾਂਦੇ ਨੇ, ਪਰ ਇੱਥੇ ਇੱਕ ਨੌਜਵਾਨ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾਇਆ ਜਾ ਰਿਹਾ, ਖੁਦ ਕਿਹਾ ਜਾ ਰਿਹਾ ਕਿ ਆਪਣੀ ਥਾਰ ਨੂੰ ਡਿਵਾਈਡਰ ਦੇ ਉੱਪਰ ਚੜਾ ਰਿਹਾ, ਜਦਕਿ ਇਸਦੇ ਜੋ ਸ਼ੀਸ਼ੇ ਨੇ ਉਸਦੇ ਉੱਤੇ ਵੀ ਕਾਲੀ ਫਿਲਮ ਚੜੀ ਹੋਈ ਹੈ।